ਕੱਪੜੇ ਕਿੰਨੇ ਮਾਰਿਆ ਤੇ ਕੱਪੜੇ ਕਿੰਨੇ ਫਾੜੇ? ਕੱਪੜੇ ਉਹਨਾਂ ਦੇ ਬੰਦਾ ਆਇਆ ਸੀਗੇ, ਇਹਨਾਂ ਦੇ ਦੋ ਤਿੰਨ ਬੰਦੇ ਅਨਨੋਨ ਬੰਦੇ ਸੀਗੇ, ਅਸੀਂ ਉਹਨਾਂ ਨੂੰ ਜਾਣਦੇ ਨੀਗੇ। ਦੂਸਰੀ ਗੱਲ ਹੈ ਵੀ ਜਿਹੜੀ ਗਲੀ ਹੈਗੀ ਆ ਇਹ ਪਬਲਿਕ ਪਲੇਸ ਆ, ਇਹ ਕਾਰਪੋਰੇਸ਼ਨ ਦੀਆਂ ਗਲੀਆਂ ਆ, ਇਹ ਬਾਹਰ ਉੱਥੇ ਗਲੀ ਦੇ ਵਿੱਚ ਕਿਸੇ ਨੂੰ ਗੱਡੀ ਨਹੀਂ ਖੜੀ ਹੋਣ ਦਿੰਦੇ। ਜਿਸ਼ ਰੱਖਦੇ ਹਰ ਇੱਕ ਨਾ, ਇਹ ਪੰਜ ਸੱਤ ਘਰ ਹੈਗੇ ਆ, ਇਹ ਰਿਸ਼ਤੇਦਾਰ ਆ, ਉਸ ਵਿੱਚ ਹੀ ਜਦੋਂ ਕੋਈ ਮਾੜੀ ਮੋਟੀ ਕੋਈ ਗੱਲ ਕਰਦਾ ਉੱਥੇ ਉਹਦੇ ਗਲ ਪੈਂਦੇ ਆ, ਉਹਨੂੰ ਦਬਾਉਂਦੇ ਆ ਇਹ। ਮੈਂ ਬੱਚਿਆਂ ਦੀ ਆਵਾਜ਼ ਸੁਣੀ ਕਿ ਇਹ ਦਬਕਾ ਮਾਰਨ ਡੀ, ਮੈਂ ਦੇਖ ਬਾਹਰ ਚਲੇ ਗਈ ਹੌਲੀ ਹੌਲੀ ਉਤਰ ਕੇ, ਮੈਂ ਕੋਈ ਤੁਰਿਆ ਵੀ ਨਹੀਂ ਜਾਂਦਾ ਸੀ ਅਤੇ ਇਹਨੇ ਕੁੜੀ ਦੇ ਚਪੇੜ ਮਾਰ ਦਿੱਤੀ। ਅਕਸਰ ਅਸੀਂ ਲੜਾਈ ਝਗੜਿਆਂ ਦੇ ਮਾਮਲੇ ਸੁਣਦੇ ਹਾਂ ਕਈ ਸ਼ਹਿਰਾਂ ਦੇ ਵਿੱਚ, ਕਈ ਮੁਹੱਲਿਆਂ ਦੇ ਵਿੱਚ, ਜੋ ਕਿ ਅੱਗੇ ਜਾ ਕੇ ਵੱਡਾ ਰੂਪ ਲੈ ਲੈਂਦੇ ਆ, ਜਾਨੀ ਨੁਕਸਾਨ ਦਾ ਰੂਪ ਲੈ ਲੈਂਦੇ ਆ। ਅੱਜ ਅਸੀਂ ਮੌਜੂਦ ਹਾਂ ਜਲੰਧਰ ਦੇ ਆਦਰਸ਼ ਨਗਰ ਦੇ ਵਿੱਚ ਮਿੱਟ ਗੁਮਰੀ ਸਕੂਲ ਦੀ ਬੈਕ ਸਾਈਡ ਦੇ ਉੱਤੇ, ਜਿੱਥੇ ਤੁਹਾਨੂੰ ਇੱਕ ਐਸਾ ਵਾਕਿਆ ਦਿਖਾਉਣ ਜਾ ਰਹੇ ਹਾਂ ਜੋ ਕਿ ਪਹਿਲੀ ਵਾਰ 'ਚ ਸੁਣ ਕੇ ਜਾਂ ਦੇਖ ਕੇ ਕਿਸੇ ਨੂੰ ਹਜ਼ਮ ਨਹੀਂ ਹੁੰਦਾ। ਇਹ ਜੋ ਇੱਟਾਂ ਰੋਲੇ ਤੁਸੀਂ ਇਸ ਵੇਲੇ ਦੇਖ ਰਹੇ ਹੋ, ਇਹ ਕਿਸੇ ਇੱਕ ਪਰਿਵਾਰ ਵੱਲੋਂ ਦੂਸਰੇ ਪਰਿਵਾਰ ਦੇ ਉੱਤੇ ਚਲਾਇਆ ਗਿਆ ਹੈ। ਗੱਲਬਾਤ ਇੱਥੇ ਤੱਕ ਵੱਧ ਗਈ ਕਿ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਇੱਟਾਂ ਰੋੜੇ ਚਲਾਏ ਗਏ। ਗੇਟ ਦੇ ਅੰਦਰ ਤੁਸੀਂ ਇਸ ਵੇਲੇ ਤਸਵੀਰਾਂ ਦੇਖ ਸਕਦੇ ਹੋ ਕਿ ਰੋੜੇ ਪਏ ਨੇ, ਇੱਟਾਂ ਪਈਆਂ ਨੇ, ਜਿਸ ਦਾ ਸਾਫ਼ ਮਤਲਬ ਹੈ ਕਿ ਕਿਤੇ ਨਾ ਕਿਤੇ ਅਟੈਕ ਜਿਹੜਾ ਹੈ ਪ੍ਰੋਪਰਲੀ ਘਰ ਦੇ ਉੱਤੇ ਕੀਤਾ ਗਿਆ। ਅਤੇ ਪਰਿਜਨਾਂ ਵੱਲੋਂ, ਇਸ ਘਰ ਦੇ ਵਾਸੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਵੇਰੇ ਤਕਰੀਬਨ 11:30-12 ਵਜੇ ਤੋਂ ਲੈ ਕੇ ਹੁਣ ਤੱਕ ਇਹ ਆਪਣੇ ਘਰ ਦੇ ਅੰਦਰ ਹੀ ਬੰਦ ਨੇ, ਇਸ ਡਰ ਤੋਂ ਕਿ ਜਦੋਂ ਵੀ ਬਾਹਰ ਜਾਂਦੇ ਨੇ ਉਦੋਂ ਇਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜਾਂਦਾ। ਸਰ, ਕੀ ਨਾਮ ਹੈ ਤੁਹਾਡਾ? ਸੁਖਦੇਵ ਸਿੰਘ ਜੀ। ਸੁਖਦੇਵ ਸਿੰਘ ਜੀ, ਕੀ ਗੱਲ ਹੋਈ ਸੀਗੀ, ਕੀ ਮਾਮਲਾ ਹੋਇਆ, ਕਿਉਂ ਇੰਨੀ ਗੱਲ ਵੱਧ ਗਈ ਕਿ ਇੱਟਾਂ ਰੋੜੇ ਤੱਕ ਚੱਲ ਗਏ? ਛੋਟੇ ਬੱਚੇ ਸੀਗੇ ਗਲੀ ਦੇ ਵਿੱਚ ਖੇਡਦੇ ਉੱਥੇ, ਅਤੇ ਉੱਥੇ ਇਹਨਾਂ ਨੂੰ ਕਹਿਣ ਕੁਲਫੀ ਲੈਣ ਗਏ ਸੀਗੇ, ਅਤੇ ਇਹਨਾਂ ਨੂੰ ਕਹਿਣ ਲੱਗੇ ਵੀ ਕਿਤੇ ਰੈਪਰ ਛੱਡ ਦਿੱਤਾ ਬੱਚੇ ਨੇ। ਕਹਿੰਦੇ ਜੀ ਉਹ ਸਾਹਮਣੇ ਘਰੋਂ ਆ ਕੇ ਲੜਕੀ ਕਹਿੰਦੀ ਵੀ ਇਹਨੇ ਇੱਥੇ ਗੰਦ ਪਾ ਤਾ। ਠੀਕ ਹੈ ਵੀ ਗਾਂਦੇ ਤਾਂ ਬੱਚੇ ਨੇ ਕਾਹਦਾ ਪਾ ਤਾ, ਜੇ ਹੈਗਾ ਤਾਂ ਅਸੀਂ ਆਪੇ ਸਾਫ਼ ਕਰ ਲਵਾਂਗੇ। ਦੂਸਰੀ ਗੱਲ ਵੀ ਤੁਹਾਡਾ ਘਰ ਤਾਂ ਉੱਧਰ ਹੈਗਾ, ਇਹ ਕਿਤੇ ਬੱਚਾ ਇਹਨੇ ਕਿਹਾ ਹੋਣਾ ਨਾਲ ਮੰਮੀ ਸੀਗੀ ਇਹਦੀ, ਅਤੇ ਵੀ ਉੱਧਰੋਂ ਆਣ ਕੇ ਤੁਹਾਡਾ ਤਾਂ ਕੋਈ ਮਤਲਬ ਹੀ ਨਹੀਂ ਗਾ ਇੱਥੇ ਸਾਨੂੰ ਕਹਿਣ ਦਾ ਵੀ ਬੱਚੇ ਖੇਡਦੇ ਆ ਅਤੇ ਬੱਚਿਆਂ ਨੇ ਖੇਡਣਾ ਵੀ ਇੱਥੇ ਹੈਗਾ। ਇੰਨੇ 'ਚ ਗੱਲ ਇਹ ਆਪਸ ਵਿੱਚ ਹੀ ਬੋਲ ਪਈਆਂ ਜਨਾਨੀਆਂ, ਉਹਦੀ ਇੱਕ ਹੈਗੀ ਭੈਣ ਇਹਦੀ ਸੰਨੀ ਦੀ ਵੱਡੀ, ਉਹ ਰੰਡੀ ਹੋਈ ਇੱਥੇ ਬੈਠੀ ਆ, ਅਤੇ ਉਹਨੇ ਆਣ ਕੇ ਕੁੜੀ ਦੇ ਅਤੇ ਇਹਦਾ ਇਹਨੂੰ ਗਲੋਂ ਫੜ ਲਿਆ, ਅਤੇ ਨਾਲ ਇਹਦੇ ਦੋ ਬੰਦੇ ਸੀਗੇ ਉਹ ਵੀ ਸਾਡੀ ਕੁੜੀ ਦੇ ਕੱਪੜੇ ਕੁੱਪੜੇ ਪਾੜਤੇ, ਅਤੇ ਅੱਛਾ ਮੇਰੀ ਦੋਹਤੀ ਹੈਗੀ ਤਾਂ ਇਹਦੇ ਵੀ ਆਣ ਕੇ ਉਹਨੇ ਚਪੇੜ ਮਾਰ ਦਿੱਤੀ। ਇੰਨੇ 'ਚ ਮੇਰੀ ਮਿਸਿਜ ਸੀਗੀ ਉਹ ਵੀ ਬੋਲਣ ਆਪਸੀ। ਥੱਪੜ ਕਿੰਨੇ ਮਾਰਿਆ ਅਤੇ ਕੱਪੜੇ ਕਿੰਨੇ ਫਾੜੇ? ਕੱਪੜੇ ਉਹਨਾਂ ਦੇ ਬੰਦਾ ਆਇਆ ਸੀਗੇ, ਇਹਨਾਂ ਦੇ ਦੋ ਤਿੰਨ ਬੰਦੇ ਅਨਨੋਨ ਬੰਦੇ ਸੀਗੇ, ਅਸੀਂ ਉਹਨਾਂ ਨੂੰ ਜਾਣਦੇ ਨੀਗੇ। ਬਾਅਦ ਦੇ ਵਿੱਚ ਇਹ ਬੰਦੇ 10-15 ਆਏ ਆ ਇਕੱਠੇ ਹੋ ਗਏ। ਉਸ ਤੋਂ ਬਾਅਦ ਕਿੰਨੀ ਕੁ ਦੇਰ ਬਾਅਦ? ਉਸ ਤੋਂ ਤਕਰੀਬਨ 1.5-2 ਘੰਟੇ ਬਾਅਦ ਬੰਦੇ ਆਏ ਆ, ਵੀ ਇਹਨਾਂ ਨੇ ਪਲੈਨ ਬਣਾਈ ਸੀ ਜਾਂ ਕੀ ਸੀ, ਇਹਨਾਂ ਨੂੰ ਫੋਨ ਕਰਕੇ ਸੱਦੇ ਆ। ਜੇਕਰ ਅਸੀਂ ਗੱਲ ਕਰੀਏ ਇਸ ਚੀਜ਼ ਦੇ ਉੱਤੇ ਕਿ ਪਹਿਲਾਂ ਵੀ ਕਦੀ ਇੱਦਾਂ ਦੀਆਂ ਹਰਕਤਾਂ ਹੁੰਦੀਆਂ ਨਹੀਂ ਸੀ, ਜਾਂ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਹੋਵੇ ਜਾਂ ਕੋਈ ਆਪਸੀ ਗੱਲਬਾਤ ਹੋਈ ਹੋਵੇ ਜਿਸ ਕਾਰਨ ਕਿ ਮਨ ਦੇ ਵਿੱਚ ਮੁਟਾਵ ਹੋਣ ਕਾਰਨ ਵੀ ਇੱਦਾਂ ਦੀ ਕੋਈ ਸਟੈਪ ਚੱਕਿਆ ਹੋਵੇ ਉਹਨਾਂ ਨੇ? ਇਹ ਰੰਜਿਸ਼ ਰੱਖਦੇ ਹਰ ਇੱਕ ਨਾ, ਇਹ 5-7 ਘਰ ਹੈਗੇ ਆ, ਇਹ ਰਿਸ਼ਤੇਦਾਰ ਆ, ਉਸ ਵਿੱਚ ਹੀ ਜਦੋਂ ਕੋਈ ਮਾੜੀ ਮੋਟੀ ਕੋਈ ਗੱਲ ਕਰਦਾ ਉੱਥੇ ਉਹਦੇ ਗਲ ਪੈਂਦੇ ਆ, ਉਹਨੂੰ ਦਬਾਉਂਦੇ ਆ, ਇਹ ਇੱਥੇ ਆਣ ਕੇ ਡਾਊਨ ਪੁਣਾ ਮਤਲਬ ਕਰਦੇ ਆ, ਹਰ ਬੰਦੇ ਨੂੰ ਦਬਾਉਂਦੇ ਆ। ਆਹ ਮੇਰੇ ਸਾਹਮਣੇ ਇੱਕ ਬੰਦਾ ਹੈਗਾ, ਨਾਲੇ ਉਹਦੀ ਕੰਧ ਦੇ ਉੱਤੇ ਕੰਧ ਰੱਖੀ, ਅਗਰ ਉਹਨੇ ਕਿਹਾ ਤਾਂ ਇਹਨੇ ਬਾਹਰੋਂ ਬੰਦੇ ਲਿਆ ਕੇ ਅਤੇ ਫਿਰ ਉਹਨੂੰ ਵੀ ਕੁੱਟਿਆ ਨਹੀਂ, ਇੱਕ ਵਾਰੀ ਕੁੱਟ ਚੁੱਕਾ ਉਹਨੂੰ ਵੀ ਇਹ। ਤੁਸੀਂ ਕਰਦੇ ਕੀ ਹੋ ਸਰ, ਕੀ ਘਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲਦਾ, ਕੌਣ ਕੌਣ ਹੈਗਾ ਤੁਹਾਡੇ ਘਰ? ਮੈਂ ਪੁਲਿਸ ਮੁਲਾਜ਼ਮ ਹਾਂ, ਰਿਟਾਇਰ ਹੈੱਡ ਕਾਂਸਟੇਬਲ, ਔਰ ਪੈਨਸ਼ਨ 'ਤੇ ਮੇਰਾ ਗੁਜ਼ਾਰਾ ਹੈ, ਮੈਂ ਪੈਨਸ਼ਨ 'ਤੇ ਆਪਣੇ 'ਤੇ ਗੁਜ਼ਾਰਾ ਕਰਕੇ ਰੋਟੀ ਖਾਂਦਾ। ਸਰ, ਹੁਣ ਗੱਲ ਕੀਤੀ ਜਾਵੇ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ ਕਿ ਡੌਣਗਿਰੀ ਕਰਦੇ ਆ, ਬਦਮਾਸ਼ੀ ਕਰਦੇ, ਕਿਉਂ ਕਰਦੇ? ਕਬਜ਼ਾ ਕਰਨਾ ਚਾਹੁੰਦੇ ਹੈ, ਕਿਸੇ ਤਰ੍ਹਾਂ ਦੀ ਕੋਈ ਲੜਾਈ ਹੈ, ਕੀ ਕੋਈ ਆਪਸ ਦੇ ਵਿੱਚ ਗੱਲਬਾਤ ਹੋਈ ਹੈ, ਬੱਚਿਆਂ ਦੀ ਗੱਲਬਾਤ ਹੋਈ ਕਦੀ, ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਗਾਲੀ ਗਲੋਚ ਹੋਈ ਹੋਵੇ ਕਦੀ ਕਿਸੇ ਗੱਲੋਂ? ਰੀਜ਼ਨ ਕੀ ਹੈ? ਮੇਰਾ ਬੱਚਾ ਤਾਂ ਕੋਈ ਹੈ ਹੀ ਨਹੀਂ, ਮੇਰੇ ਬੱਚੇ ਸਾਰੇ ਮਤਲਬ ਕਿ ਮੈਰਿਡ ਆ, ਦੋ ਬੱਚੇ ਤਾਂ ਮੇਰੇ ਹੈਗੇ ਆ ਸਪੇਨ ਆ, ਉਹ ਪੱਕੇ ਉੱਥੇ ਰਹਿੰਦੇ ਆ, ਇੱਥੇ ਆਉਂਦੇ ਨਹੀਂ, ਅਤੇ ਆਹ ਦੋ ਲੜਕੀਆਂ ਮੇਰੀਆਂ ਵੱਡੀ ਹੈਗੀ, ਛੋਟੀ ਆ, ਇੱਕ ਅੰਮ੍ਰਿਤਸਰ ਵਿਆਹੀ ਆ, ਇੱਕ ਇੱਥੇ ਵਿਆਹੀ ਆ, ਇਹ ਵੀ ਸਿਆਣੇ ਪੈ ਹੈਗੇ ਆ, ਕੋਈ ਬੱਚਾ ਛੋਟਾ ਨਹੀਂ ਹੈਗਾ। ਛੋਟੀ ਕੁੜੀ ਹੁਣ ਆਈ ਸੀ ਮੇਰੀ, ਅਤੇ ਉਹ ਦੋਤੀ ਤਾਂ ਛੋਟਾ ਜਿਹਾ ਲੜਕਾ ਹੈਗਾ, ਦੋ ਤਾਂ ਆਹ ਖੜ੍ਹੇ ਆ।
ਇਹ ਆਏ ਹੋਏ ਸੀਗੇ ਕਿਤੇ ਕੁਲਫੀ ਲੈਣ ਗਏ, ਕੁਲਫੀ ਤੋਂ ਲੈਣ ਤੋਂ ਰੇਪਰ ਸੱਟਣ ਤੋਂ ਉਹਦੇ ਤੋਂ ਗੱਲ ਪੈ ਗਈ, ਜਦਕਿ ਇਹਨਾਂ ਦਾ ਮਤਲਬ ਵੀ ਕੋਈ ਨਹੀਂ ਇਸ ਗਲੀ 'ਚ ਆ ਕੇ ਸਾਡੇ ਮਤਲਬ ਬਿਨਾਂ ਕਿਸੇ ਵਜ੍ਹਾ ਦੀ ਬਦਮਾਸ਼ੀ ਹੈ ਬਿਨਾਂ ਮਤਲਬ ਤੋਂ ਕਿ ਜੋ ਵੀ ਅਸੀਂ ਕਰਨਾ ਚਾਹੀਏ ਉਹ ਕਰ ਸਕੀਏ, ਉਹ ਵੀ ਕਰ ਸਕੀ ਕਿਸੇ ਨੂੰ ਇਹ ਗਲੀ ਦੇ ਵਿੱਚ ਜੇ ਇੱਟਾਂ ਵੱਟੇ ਇੱਟਾਂ ਸਟਾਉਣੀਆਂ ਹੁੰਦੀਆਂ ਜਾਂ ਕੰਸਟਰਕਸ਼ਨ ਕਰਨੀ ਹੁੰਦੀ ਜਾਂ ਹੋਰ ਇਹ ਸਿੱਟਣ ਨਹੀਂ ਦਿੰਦੇ ਸਾਨੂੰ, ਔਰ ਆਪ ਹੀ ਸ਼ਰੇਆਮ ਜਾ ਕੇ ਦੇਖ ਲਓ ਹਰ ਗਲੀ ਦੇ ਵਿੱਚ ਹਰ ਕੋਈ ਚੀਜ਼ ਸਿੱਟੀ ਆ। ਦੂਸਰੀ ਗੱਲ ਹੈ ਵੀ ਜਿਹੜੀ ਗਲੀ ਹੈਗੀ ਆ ਇਹ ਪਬਲਿਕ ਪਲੇਸ ਆ, ਇਹ ਕਾਰਪੋਰੇਸ਼ਨ ਦੀਆਂ ਗਲੀਆਂ ਆ, ਇਹ ਬਾਹਰ ਉੱਥੇ ਗਲੀ ਦੇ ਵਿੱਚ ਕਿਸੇ ਨੂੰ ਗੱਡੀ ਨਹੀਂ ਖੜ੍ਹੀ ਹੋਣ ਦਿੰਦੇ, ਉਹਦਾ ਸਕੂਟਰ ਨਹੀਂ ਖੜ੍ਹਾ ਹੋਣ ਦਿੰਦੇ, ਜਦਕਿ ਇਹਨਾਂ ਨੇ ਗਲੀ ਦੇ ਵਿੱਚ 6-6 ਫੁੱਟ ਰੋਲਿੰਗ ਬਣਾਏ ਹੋਏ ਆ, ਨਾਲ ਇਹਨੇ ਫਿਰ ਆਪਣੀ ਦੂਸਰੀ ਕੰਧ ਦੇ ਨਾਲ ਇਹਨੇ ਉੱਥੇ ਇੰਗਲੈਰਨ ਬਣਾ ਕੇ ਚੌਰਸ ਅਤੇ ਕੰਧ ਦੇ ਨਾਲ ਲਾ ਤੇ ਵੀ ਇੱਥੇ ਗਲੀ, ਜਦ ਇਹਨੂੰ ਕੀ ਥਰਾਈ ਜਾਂ ਇੱਥੇ ਗਲੀ ਆਪਣੇ ਰੋਲਿੰਗ ਬਣਾਉਣ ਦਾ ਅਤੇ ਨਾਲ ਇਹਨੂੰ ਦੂਸਰੇ ਆਪਣੇ ਉਹ ਚੌਕਟ ਜਿਹਾ ਖੜ੍ਹੇ ਕਰਨ ਦਾ। ਆਪਾਂ ਗੱਲਬਾਤ ਕਰਦੇ ਹਾਂ ਮੈਮ, ਤੁਸੀਂ ਮੈਂ ਦੇਖਿਆ ਕਿ ਜਦੋਂ ਅਸੀਂ ਘਰ 'ਚ ਆਏ ਅੰਦਰੋਂ ਤਾੜਾ ਲਗਾਇਆ ਹੋਇਆ ਸੀਗਾ, ਕੀ ਗੱਲ ਕੀ ਕਹੀ ਕਿਹੜੀ ਕਿ ਲੇਡੀਜ਼ ਆ ਕੇ ਤੁਹਾਡੇ ਗੱਲ ਪੈ ਗਈਆਂ ਸੀਗੀਆਂ, ਕੀ ਹੋਇਆ? ਹਾਂਜੀ, ਲੇਡੀਜ਼ ਗੱਲ ਪੈ ਗਈਆਂ ਸੀਗੀਆਂ, ਉਹ ਇਹ ਬੱਚੇ ਬਾਹਰ ਖੇਡਦੇ ਪਏ ਸੀਗੇ, ਜੈਂਟਸ ਵੀ ਸੀਗੇ ਨਾਲ, ਜਦੋਂ ਇਹ ਬੱਚੇ ਬਾਹਰ ਖੇਡਦੇ ਪਏ ਸੀ ਇਹਨਾਂ ਨੂੰ ਮੈਂ ਕਹਿ ਰਹੀ ਸੀਗੀ ਵੀ ਬੱਚੇ ਤੁਸੀਂ ਚੱਲੋ ਅੰਦਰ, ਹੈ ਨਾ। ਇਹ ਕਹਿੰਦੇ ਵੀ ਨਹੀਂ ਤੂੰ ਇਹ ਸਾਡੇ ਇੱਧਰ ਗਲੀ ਸਾਡੀ ਕੰਧ ਵੱਲ ਨੂੰ ਗੰਦ ਕਿਉਂ ਪਾਉਂਦੇ ਪਏ ਆ, ਜਾਂ ਕਿ ਮੈਂ ਸਾਰੀ ਗਲੀ ਸਵੇਰੇ ਸਾਫ਼ ਕਰਦੀ ਹਾਂ, ਸਾਰੀ ਧੋਨੀ ਆ ਸਵੇਰੇ, ਜੇ ਉੱਧਰ ਜੇ ਬੱਚੇ ਨੇ ਕਿਤੇ ਸਿੱਟ ਵੀ ਦਿੱਤਾ ਤਾਂ ਮੈਂ ਕਿਹਾ ਮੈਂ ਆਪੇ ਚੱਕ ਲਊਂਗੀ, ਇਹਦੇ ਵਿੱਚ ਕਿਹੜੀ ਗੱਲ ਆ, ਅਸੀਂ ਰਹਿੰਦੇ ਇੱਧਰ ਵਾਂ ਅਤੇ ਤੁਸੀਂ ਤੁਹਾਡਾ ਤਾਂ ਮਤਲਬ ਹੀ ਨਹੀਂ ਇੱਧਰ ਨੂੰ ਆਣ ਕੇ ਸਫਾਈ ਕਰਨ ਦਾ, ਇੰਨੀ ਗੱਲੋਂ ਬਸ ਇਹਦੇ ਆਣ ਕੇ ਅਤੇ ਉਹਨੇ, ਮੈਂ ਸਬਜ਼ੀ ਲੈਂਦੀ ਪਈ ਸੀ ਉਹਨਾਂ ਦੇ ਘਰ ਦੇ ਲੱਗ ਗਈ ਰੇਹੜੀ ਸੀ ਖੜ੍ਹੀ, ਉੱਥੋਂ ਮੈਂ ਸਬਜ਼ੀ ਲੈ ਰਹੀ ਸੀਗੀ ਅਤੇ ਇਹਨੇ ਆਉਂਦਿਆਂ ਨੂੰ ਮੇਰੇ ਦਬਾ ਦਬ ਇਹਦੇ ਚਪੇਟ 'ਚ ਬੁੜ ਮਾਰ ਕੇ ਅਤੇ ਉਹਨੂੰ ਵੀ ਅੰਦਰ ਇੱਕ ਬੰਦਾ ਨਿਕਲਿਆ ਆ ਆਣ ਕੇ ਅਤੇ ਇਹਨੂੰ ਗਲੋਂ ਫੜ ਲਿਆ, ਆਹ ਦੇਖੋ ਕਮੀਜ਼ ਸਾਰੀ ਪੱਟੀ ਪਈ। ਆਪਾਂ ਗੱਲਬਾਤ ਕਰਦੇ ਹਾਂ ਕਿ ਮੈਮ ਕੀ ਹੋਇਆ ਕਿ ਉਹ ਜਿਹੜੇ ਬੰਦੇ ਅੰਦਰੋਂ ਬਾਹਰ ਨਿਕਲੇ ਉਹ ਪਹਿਲਾਂ ਕਦੀ ਤੁਸੀਂ ਇੱਥੇ ਰਹਿੰਦੇ ਦੇਖੇ ਜਾਂ ਕੀ ਜਾਣਕਾਰ ਸੀਗੇ ਜਾਂ ਫਿਰ? ਉਹਨਾਂ ਨੂੰ ਕਦੀ ਵੇਖਿਆ ਨਹੀਂ ਮੈਂ, ਅਤੇ ਇੱਥੇ ਮੰਮੀ ਹੁਣਾਂ ਕੋਲ ਇੱਥੇ ਆਈ ਆਪਣੇ ਨਾਨਕੇ ਬੱਚਿਆਂ ਨੂੰ ਲੈ ਕੇ ਆਈ ਹੋਈ ਹਾਂ, ਅਤੇ ਬੱਚੇ ਮੇਰੇ ਬਾਹਰ ਖੇਡਦੇ ਪਏ ਆ, ਅਤੇ ਮੈਂ ਤਾਂ ਬਿਮਾਰ ਹਾਂ, ਮੈਨੂੰ ਮਹੀਨਾ ਹੀ ਹੋ ਗਿਆ ਇਹਨਾਂ ਕੋਲ ਇੱਥੇ ਆਈ ਹੋਈ ਹਾਂ, ਜਦੋਂ ਮੈਂ ਬੱਚਿਆਂ ਦੀ ਆਵਾਜ਼ ਸੁਣੀ ਕਿ ਦਬਕਾ ਮਾਰਨ ਡਈ, ਮੈਂ ਦੇਖ ਬਾਹਰ ਚਲੇ ਗਈ ਹੌਲੀ ਹੌਲੀ ਉਤਰ ਕੇ, ਮੈਂ ਕੋਈ ਤੁਰਿਆ ਵੀ ਨਹੀਂ ਜਾਂਦਾ ਸੀ, ਅਤੇ ਇਹਨੇ ਕੁੜੀ ਦੇ ਚਪੇੜ ਮਾਰ ਦਿੱਤੀ ਅਤੇ ਇੱਥੋਂ ਉਹਦੇ ਵਾਲ ਪੋੜ ਦਿੱਤੇ, ਦੇਖੋ ਸਾਰੀ ਵਾਲ ਕਿੱਦਾਂ ਕੋ ਧੂੜ ਖਿੱਚ ਦਿੱਤੀ ਇਹਦੀ, ਅਤੇ ਪਤਾ ਨਹੀਂ ਜਦੋਂ ਮੈਨੂੰ ਕਰਦੀ ਪਈ ਹਾਂ ਅਤੇ ਅੰਦਰੋਂ 2-3 ਜੈਂਟਸ ਅੰਦਰੋਂ ਨਿਕਲ ਕੇ ਆਏ, ਉਹਨਾਂ ਨੇ ਮੇਰੇ ਇੱਥੋਂ ਗਲੋਂ ਫੜਿਆ ਅਤੇ ਮੇਰਾ ਆਹ ਸਾਰਾ ਅੱਗੋਂ ਪਾਰਟ ਛੱਡਿਆ ਉਹਨਾਂ ਨੇ, ਅਤੇ ਧੱਕਾ ਮੇਰੇ ਬੇਟੇ ਨੂੰ ਵੀ ਧੱਕਾ ਮਾਰਿਆ ਛੋਟੇ। ਕੀ ਤੁਸੀਂ ਪੁਲਿਸ ਦੇ ਵਿੱਚ ਕੰਪਲੇਂਟ ਨਹੀਂ ਦਿੱਤੀ ਇਸ ਚੀਜ਼ ਦੀ? ਕੰਪਲੇਂਟ ਮੈਂ ਪਹਿਲਾਂ 100 ਨੰਬਰ 'ਤੇ ਮਤਲਬ ਕਾਫੀ ਕੋਸ਼ਿਸ਼ ਕੀਤੀ ਆ, ਉਹਨਾਂ ਦਾ ਫੋਨ ਮੈਨੂੰ ਨਹੀਂ ਮਿਲਿਆ, ਫਿਰ ਮੈਂ ਦੁਬਾਰਾ ਨੰਬਰ ਲੈ ਕੇ ਕਿਸੇ ਕੋਲੋਂ SHO ਸਾਹਿਬ ਨੂੰ ਮੈਂ ਫੋਨ ਕੀਤਾ, SHO ਸਾਹਿਬ ਨੂੰ ਦੱਸਿਆ ਵੀ ਮੇਰੇ ਨਾਲ ਧੱਕਾ ਹੋ ਰਿਹਾ ਅਤੇ ਮੈਨੂੰ ਜਾਨ ਦਾ ਖਤਰਾ ਆ ਅਤੇ ਕੋਈ ਮੇਰੀ ਸਕਿਉਰਟੀ ਕੀਤੀ ਜਾਵੇ। ਉੱਥੋਂ ਫਿਰ PCR ਆਈ, PCR ਆਏ ਉਹਨਾਂ ਨੇ ਗੇਟ ਖਿਲਾਇਆ, ਮੇਰਾ ਗੇਟ ਖਿਲਾਇਆ ਤਾਂ ਮੈਂ ਬਾਹਰ ਨਿਕਲਿਆ, ਉਹ ਕਹਿੰਦੇ ਵੀ ਚਲੋ ਥਾਣੇ ਚੱਲ ਕੇ ਰਿਪੋਰਟ ਲਿਖਾਓ, ਮੈਂ ਬਾਹਰ ਨਿਕਲਿਆ ਅਤੇ ਫਿਰ 5-10 ਬੰਦੇ ਫਿਰ ਉਹਨਾਂ ਦੇ ਸਾਹਮਣੇ ਹੀ ਮੇਰੇ ਗਲ ਪੈ ਗਏ, ਫਿਰ ਮੈਂ ਉਹਨੂੰ ਮਨਾ ਕਰਤਾ ਜਾਂ ਤਾਂ ਮੇਰੀ ਸਿਕਿਉਰਟੀ ਕਰੋ। ਮਤਲਬ PCR ਨੇ ਵੀ ਤੁਹਾਡਾ ਪੱਖ ਨਹੀਂ ਲਿੱਤਾ ਜਾਂ ਫਿਰ ਇਹ ਸਵਾਲ ਨਹੀਂ ਖੜੇ ਕੀਤੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਸ ਕਿਸੇ ਵੀ ਬੰਦੇ ਦੇ ਉੱਤੇ ਅਟੈਕ ਕਰ ਸਕਦੇ? ਹਾਂ, ਸਾਡੇ ਨਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਉਹ ਸਾਨੂੰ ਇਹ ਕਹਿੰਦੇ ਵੀ ਜਾ ਕੇ ਰਿਪੋਰਟ ਲਿਖਾ ਦਿਓ, ਮੈਂ ਕਿਹਾ ਮੇਰੇ ਤਾਂ ਗੱਲ ਤੁਹਾਡੇ ਸਾਹਮਣੇ ਗੱਲ ਪੈਣ ਡੇ ਅਤੇ ਮੈਂ ਇਕੱਲਾ ਜਾਊਂਗਾ ਤਾਂ ਮੇਰੇ ਨਾਲ ਕੀ ਹਾਲਤ ਕਰਨਗੇ, ਮੇਰੇ ਬੁੱਢੇ ਬਾਰੇ ਮੇਰੇ ਸੱਟਾਂ ਪੇਟਾਂ ਮਾਰ ਦੇਣਗੇ ਹੋਰ ਇਹ, ਅਤੇ ਉਹ ਇੰਨੀ ਗੱਲ ਕਹਿ ਕੇ ਚਲੇ ਗਿਆ। ਫਿਰ ਦੁਬਾਰਾ ਫਿਰ ਮੈਂ ਫਿਰ ਫੋਨ ਕੀਤਾ SHO ਸਾਹਿਬ ਨੂੰ, ਮੈਂ ਕਿਹਾ ਵੀ ਆਹ ਗੱਲ ਹੋਈ ਆ, ਮੇਰਾ ਕੋਈ ਹੈ ਨਹੀਂ, ਮੈਂ ਰਿਪੋਰਟ ਦੱਸੋ ਕਿੱਦਾਂ ਲਿਖਾਵਾਂ, ਕੋਈ ਹੋਰ ਮੇਰਾ ਬੰਦੇ ਭੇਜੋ। ਫਿਰ ਉਹਨਾਂ ਨੇ ਬੰਦੇ ਭੇਜੇ 4-5 ਹੁਣੇ ਤੁਹਾਡੇ ਤੋਂ ਪਹਿਲਾਂ ਆਏ ਸੀਗੇ, ਅਤੇ ਮੈਂ ਉਹਨੂੰ ਕਿਹਾ ਵੀ ਉਹ ਮੇਰੇ ਕੋਲ ਆਏ, ਕਹਿੰਦੇ ਵੀ ਮੈਂ ਮੇਰੇ ਬਿਆਨ ਲਿਖ ਲਓ, ਅਤੇ ਬਿਆਨ ਉਹਨੂੰ ਲਿਖਣ ਲੱਗੇ ਹੀ ਸੀਗੇ, ਮੇਰਾ ਥੋੜ੍ਹਾ ਜਿਹਾ ਪੁੱਛਿਆ ਉਹਨਾਂ ਨੇ ਕੀ ਮਕਾਨ ਨੰਬਰ ਆ, ਕੀ ਨਾਂ ਆ, ਵਲਦੀਅਤ ਕੀ ਆ, ਇੰਨਾ ਕੁ ਪੁੱਛ ਕੇ ਤਾਂ ਚੱਲ ਗਿਆ। ਕਹਿੰਦੇ ਵੀ ਉਹ ਬੰਦੇ ਦਾ ਕੀ ਨਾਂ ਆ, ਮੈਂ ਕਿਹਾ ਵੀ ਉਹਦਾ ਪੂਰਾ ਨਾਂ ਮੈਂ ਜਾਣਦਾ ਨਹੀਂ, ਉਹ ਇੱਥੇ ਸਨੀ ਉਹਨੂੰ ਕਹਿੰਦੇ ਆ, ਇਹ ਹਰ ਇੱਕ ਨਾਲ ਪੰਗੇ ਲੈਂਦਾ ਹੈ, ਇਹ ਬਾਹਰੋਂ ਬੰਦੇ ਲਿਆ ਕੇ ਆਪਣੀ ਵਰਕਸ਼ਾਪ ਤੋਂ ਬਾਕੀ ਰਿਸ਼ਤੇਦਾਰ ਇਕੱਠੇ ਕਰਕੇ ਇਹ ਗਲ ਪੈਂਦੇ ਆ। ਖਾਸ ਚੀਜ਼ ਇਹ ਹੈ ਕਿ ਇਸ ਗਲੀ ਦੇ ਵਿੱਚ ਕੋਈ CCTV ਕੈਮਰਾ ਨਹੀਂ ਹੈਗਾ, ਜਿਸ ਕਾਰਨ ਕਿ ਇਹ ਵਾਰਦਾਤ ਕਿਤੇ ਵੀ ਰਿਕਾਰਡ ਨਹੀਂ ਹੋ ਪਾਈ, ਪਰ ਜਿੱਥੇ ਦੇ CCTV ਕੈਮਰਾਜ਼ ਨੇ ਉੱਥੇ ਦੇ ਲੋਕ ਹਾਲੇ ਵੀ ਇਨਕਾਰ ਦੇ ਵਿੱਚ ਹੀ ਨੇ ਕਿ ਅਸੀਂ ਦਿਖਾਵਾਂਗੇ ਨਹੀਂ ਦਿਖਾਵਾਂਗੇ, ਇੱਕ ਲਾਰੇਬਾਜ਼ੀ ਕਰ ਰਹੇ। ਬੱਚੇ ਤੁਸੀਂ ਕੁਲਫੀ ਲੈਣ ਗਏ ਸੀਗੇ, ਤੁਹਾਨੂੰ ਕੀ ਕੁਛ ਕੋਈ ਐਸੀ ਗੱਲ ਹੋ ਗਈ ਹੋਵੇ ਜਿਸ ਕਾਰਨ ਤੁਹਾਡੇ ਉੱਤੇ ਹੱਥ ਚੱਕਿਆ ਉਹਨਾਂ ਨੇ? ਮੇਰੇ ਫਿਰ ਮੈਂ ਇੱਥੇ ਖਲੋਤੀ ਸੀ ਅਤੇ ਉਹਨਾਂ ਨੇ ਮੇਰੇ ਇੱਥੇ ਚਪੇੜ ਮਾਰਤੀ ਅਤੇ ਮੇਰੀ ਪਿੱਛੇ ਦੀ ਗੁੱਤ ਖੁੱਟ ਖਿੱਚਤੀ ਉਹਨਾਂ ਨੇ। ਮਤਲਬ ਬਿਨਾਂ ਕਿਸੇ ਵਜ੍ਹਾ ਦੇ ਆ ਕੇ ਚੁੱਪਚਾਪ ਉਹਨਾਂ ਨੇ ਸ਼ੁਰੂ ਕਰ ਦਿੱਤਾ? ਮੈਂ ਕੁਲਫੀ ਲੈਣ ਗਈ ਸੀ ਅਤੇ ਮੈਂ ਮੇਰਾ ਛੋਟਾ ਬ੍ਰਦਰ ਵੀ ਨਾਲ ਸੀ ਅਤੇ ਇੱਥੇ ਫਿਰ ਅਸੀਂ ਗਏ ਅਤੇ ਉਹਨਾਂ ਨੇ ਔਰ ਮੈਂ ਵੈਪਰ ਇੱਥੇ ਕਿਤੇ ਸੁੱਟਤਾ ਲੱਗ ਗਏ ਅਤੇ ਫਿਰ ਉਹਨਾਂ ਨੇ ਆਣ ਕੇ ਮੈਨੂੰ ਉਸ ਟਾਈਮ ਹੀ ਥੱਪੜ ਮਾਰਤਾ ਅਤੇ ਮੇਰੇ ਛੋਟੇ ਬ੍ਰਦਰ ਨੂੰ ਵੀ ਧੱਕਾ ਮਾਰਤਾ।
घर का माहौल तुम देखिए इट्टा रोड़े वजे हुए हैं, जिस तो साफ ये गल झलकती है कि कितने ना कि गलती जरूर है। पर बहुत वड्डी गल ये है कि प्रशासन कोल आके इत्थे कंप्लेंट लिखन ते मारिया सामने बंदी उन्होंने हथी पै रहे थे उन्होंने रोकया नहीं गया। इस सारी गलबात दौरान असी दूसरी पार्टी के नाल भी गलबात करनी चाहिए जिन्होंने इट्टा अंदर वड़ के मारिया, क्यों मारिया उस तो साफ मना कर दिता गया। एक घर है तुहानू दिखा दिंदे आ, घर के बाहर वाकई ही उसी तरीके दे नाल गमलिया नू प्रोटेक्ट करने लई ग्रिल्स लगाई गई ने जो कि अवैध है। दूसरे पास जेकर असीं हुण गल करिए इस पार्टी की, इन्हों का नाम घर के जिन्हों के नाल मेन लड़ाई हुई है उन्हों का नाम सनी दस्या जा रहा है, जिन्होंने कि घर के किसी नाल भी गल करन तो टोटली मनाही तो की है। दूसरे पास सीसीटीवीज़ लगे हुए ने, बिल्कुल गली के सामने सीसीटीवीज़ लगे हुए ने, घर के बाहर सीसीटीवीज़ लगे हुए ने, उन्हां सीसीटीवीज़ दी फुटेज देन तो भी या दिखाण तो भी मनाही कर दिती गई है, जिस तो बाद कि किते ना किते ये गल सामने जरूर आ रही है कि गलती एक पार्टी की जरूर है। दूसरे पास तुहानूं दिखा दिंदे आ उही घर उही गली, असी लगातार पिछले 3 घंटे तो इत्थे वेट कर रहे हैं कि साडे नाल गलबात होवे, एक पक्षी गल ना होवे तां जो दोनों पक्षां दी गल असी सामने रख सकीए लोकां दे, तां जो ये भी गल पता लग सके कि गलत कौन है। पर गल ना करना अपने आप दे विच कुछ ना कुछ दर्शाउंदा है, पर किस तरीके दे नाल दर्शाउंदा है प्रशासन की कहिंदा है वह भी सुनो। इसी मामले दे उत्ते साडे नाल गलबात करन लई थाणे तो मौजूद ने SHO अश्विनी कुमार नंदा जी। सर एक्चुअल दे विच तुहाडे कोल की कंप्लेंट आई है उस दे बारे दस्या जावे। ये कृष्णा नगर महल्ले विच सुखदेव सिंह ते उन्हां दे गुआंढी सरोज कुंदरा वाइफ ऑफ लेट श्री लेखराज, इन्हां दा आपस विच ही कोई बोल बुलारा होया वा ते मैं मुहैया बाद विच हुण अजे जो भी इन्हां दे खिलाफ कंप्लेंट आऊगी, जो इन्हां दा मैडिकल आऊगा, साडे कोल दे मुताबिक कार्रवाई की जाऊगी। इन्हां दोवां धिरां दे आपस विच तू तू मैं मुहैया, इन्ना सानूं पता लग्गिया। सर ये भी गल कही जा रही है कि किसी ने किसी का सिर पाड़ दिता, ये सब कुछ की कुछ ठोस तुहानूं कुछ मिलिया इहदे विच जां नहीं? हजे तक नहीं सानूं मिलिया, साडे कोल आजूगा उहदे खिलाफ जो भी कहूगा उहदी कार्रवाई की जाऊगी। सो कुछ इसी तरीके दे नाल कंप्लेंट नूं रजिस्टर करनगे, पर जदों तक परिजन आके सामने आके प्रशासन दे कुछ नहीं कहणगे उदों तक प्रशासन भी किसी तरीके दा एक्शन नहीं लै सकदा। कैमरामैन प्रभजोत दे नाल मनराजदीप चट्ठा जलंधर, देखते रहो दैनिक सवेरा TV। All World Open Challenge 17-time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran, satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed mobile 84374 94647 84374 94648।